ਗੁੱਡ ਮਾਰਨਿੰਗ ਧੀਏ ਸਟੂਡੈਂਟਸ ਆਈ ਹੋਪ ਯੂ ਆਰ ਆਲ ਵੈਲ ਬੇਟਾ ਜਿਹੜਾ ਅੱਜ ਦਾ ਆਪਣਾ ਟੌਪਿਕ ਹੈ ਨਾਉਨ ਅੱਜ ਆਪਾਂ ਨਾਉਨ ਬਾਰੇ ਚਰਚਾ ਕਰਾਂਗੇ ਲੁੱਕ ਐਰ ਦਾ 기ਵਨ ਸੈਂਟੈਂਸਸ ਬੇਟਾ ਜਿਹੜੇ ਸੈਂਟੈਂਸ ਦਿੱਤੇ ਹੋ ਨੇ ਪਹਿਲਾਂ ਉਹਨਾਂ ਕਿੰਨੇ ਦੇਖੋ ਫਸਟ ਆਫ ਆਲ ਮਨਪ੍ਰੀਤ ਇਜ਼ ਅ ਗੁੱਡ ਬாய் ਸੈਕੰਡ ਇਜ਼ ਚੰਡੀਗੜ੍ਹ ਇਜ਼ ਅ ਕਲੀਨ ਸਿਟੀ ਥਰਡ snakes are friends of farmers ਪਹਿਲਾ ਸੈਂਟੈਂਸ ਕੀਜੀ ਮਨਪ੍ਰੀਤ ਇਜ਼ ਅ ਗੁੱਡ ਬாய் ਮਨਪ੍ਰੀਤ ਇੱਕ ਚੰਗਾ ਲੜਕਾ ਹੈ ਸੈਕੰਡ ਚੰਡੀਗੜ੍ਹ ਇਜ਼ ਅ ਕਲੀਨ ਸਿਟੀ ਚੰਡੀਗੜ੍ਹ ਇੱਕ ਸਾਫ਼ ਸੁਥਰੀ ਸਿਟੀ ਹੈ ਥਰਡ ਆ ਗਿਆ snakes are friends of farmers ਸੱਪ ਕਿਸਾਨਾਂ ਦੇ ਮਿੱਤਰ ਹਨ ਹੁਣ ਇਹ ਨਾ ਤੁਸੀਂ ਦੇਖ ਰਹੇ ਹੋਵੋਗੇ ਇਹਨਾਂ ਦੇ ਵਿੱਚ ਜਿਹੜੇ ਵਰਡ ਨੇ ਉਹ ਅੰਡਰਲਾਈਨ ਕੀਤੇ ਹੋਣੇ ਕੁਝ ਵਰਡ कैन यू गैस वट वी कॉल द वर्ड्स दैट आर अंडरलाइन बेटा तुम तो कि गैस कर सकते हो कि जेडे वर्ड अंडरलाइन किए हुए हैं वर्ड्स की ने अंडरलाइन क्यों किए गए हैं ओके आई इट विल टेल यू दीज वर्डज़ आर नाउनस ये जेडे वर्डज़ ने बेटा आपने अंडरलाइन किए ने नाउन ने लोग कहता डैफीनेशन फर्स्ट सब तो पहला आपन की डैफीनेशन देखा कि नाउन होंगे की है noun is a name of person place animal or a thing kise vi ch iz a naam ya vyakti da naam janwar da naam ya kise vastu da naam jera vi hunda usnu noun keha janda hai jis tarah idde vich dekho manpreet kia hai ik person da naam hai ki manpreet is a good boy manpreet ik changa ladka hai manpreet person da naam hai boy oh ik munda hai person hai चंडगढ़ की आ गया चंडीगढ़ एक प्लेस आ गया स्नेकस एनीमल आ गया फॉरमर की है एक परसन आ गया इस तरह अपन क्लीयर हो गया कि बेटा नाउन होंगे की है नाउन इज अ नेम ऑफ परसन प्लेस एनीमल ऑर अ थिंग अपना नैक्सट हैगा टाइपस ऑफ नाउन की है टाइपस ऑफ नाउन फर्स्ट वन हैगी है कॉमन नाउन कॉमन नाउन इज अ नेम ऑफ परसन प्लेस और थिंग इन जनरल ठीक है कॉमन नाउन किसी भी व्यक्ति किसी भी जगह या किसी भी वस्तु का आम नाम होंगे फॉर एग्जाम्पल बॉय कंट्री ब्रिज सिटी एक्सैट्रा देखो बॉय है बेटा बॉय कोई भी हो सकता है सब मैनशन तो नहीं हुआ कि बॉय कौन है ठीक है आराम शाम कुछ मैनशन नहीं है इस करके एक सिंपल बॉय दिता हुआ है इस करके कॉमन नाउन है ਕੰਟਰੀ ਹੈ ਬੇਟਾ ਕੋਈ ਕਹਦਾ ਨਹੀਂ ਆ ਕਿ ਇੰਡੀਆ ਪਾਕਿਸਤਾਨ ਸਾਊਥ ਅਫਰੀਕਾ ਕੋਈ ਨਹੀਂ ਕਹਿੰਦਾ ਕੰਟਰੀ ਕਹਤਾ ਕੰਟਰੀ ਇੱਕ ਸਿੰਪਲ ਨਾਉਨ ਹੈ ਕਾਮਨ ਨਾਉਨ ਹੈ ਕਿਉਂਕਿ ਇਹ ਕਿਸੇ ਖਾਸ ਦਾ ਨਾਮ ਨਹੀਂ ਹੈਗਾ ਠੀਕ ਹੈ ਬੇਟਾ ਇੱਕ ਜਿਹੜੀ ਇੱਕ ਚੀਜ਼ ਹੈ ਜਿਹੜੀ ਤੁਸੀਂ ਹਮੇਸ਼ਾ ਰਿਮੈਂਬਰ ਰੱਖਣੀ ਹੋ ਕੀ ਹੈ ਕਾਮਨ ਨਾਉਨ ਡੂ ਨਾਟ ਬਿਗਨ ਵਿਦ ਦਾ ਕੈਪੀਟਲ ਲੈਟਰ ਕਿ ਜਿਹੜਾ ਕਾਮਨ ਨਾਉਨ ਹੈ ਉਹ ਕਦੇ ਵੀ ਕੈਪੀਟਲ ਲੈਟਰ ਨਾਲ ਸ਼ੁਰੂ ਨਹੀਂ ਹੁੰਦਾ ਇਫ ਦਾ ਵਰਡ ਇਜ਼ ਇਨ ਦਾ ਮਿਡਲ ਆਫ ਦਾ ਸੈਂਟੈਂਸ ਅਗਰ ਉਹ ਆਪਾਂ ਦੇਖਣਾ ਕਿ ਕਾਮਨ ਨਾਉਨ ਸੈਂਟੈਂਸ ਦੇ ਮਿਡ ਵਿੱਚ ਆ ਰਿਹਾ ਹੈ ਤਾਂ ਕਦੇ ਵੀ ਠੀਕ ਹੈ ਕੈਪੀਟਲ ਲੈਟਰ ਨਾਲ ਸ਼ੁਰੂ ਨਹੀਂ ਹੋਊਗਾ ਲੈਟ ਅਸ ਲੁੱਕ ਐਟ ਦਾ ਸਮ ਸੈਂਟੈਂਸਸ ਬੇਟਾ ਹੁਣ ਆਪਾਂ ਕੁਝ ਸਮ ਸੈਂਟੈਂਸਸ ਦੇਖਾਂਗੇ ਦੇਖੋ ਠੀਕ ਹੈ men are playing ਠੀਕ ਹੈ ਆਦਮੀ ਖੇਡ ਰਹੇ ਹਨ ਇੱਥੇ ਕੀ ਲਿਖਿਆ ਹੋਇਆ ਆਦਮੀ ਖੇਡ ਰਹੇ ਹਨ ਮੈਂਸ਼ਨ ਤਾਂ ਨਹੀਂ ਕੀਤਾ ਕਿ ਕੌਣ ਵੀ ਕਿਹੜੇ ਆਦਮੀ ਨੇ ਕੋਈ ਪ੍ਰੋਪਰ ਕੋਈ ਸਾਨੂੰ ਮੈਂਸ਼ਨ ਨਹੀਂ ਕੀਤਾ ਹੈ ਇਸ ਕਰਕੇ ਇਕੱਲੇ ਆਦਮੀ ਕਿਹਾ ਗਿਆ ਹੈ ਇਸ ਕਰਕੇ ਕੀ ਨੇ ਕਾਮਨ ਨਾਉਨ ਹੈ ਸੈਕੰਡ ਆ ਗਿਆ ðiis ਫਰੂਟਸ ਆਰ ਸਵੀਟ ਇਹ ਜਿਹੜੇ ਫਰੂਟ ਨੇ ਮਿੱਠੇ ਨੇ ਹੁਣ ਆਪਾਂ ਨੂੰ ਕੋਈ ਫਰੂਟ ਤਾਂ ਮੈਂਸ਼ਨ ਕੀਤਾ ਨਹੀਂ ਗਿਆ ਕਿ ਮੰਗੋਜ਼ ਨੇ ਐਪਲਸ ਨੇ ਇਸ ਕਰਕੇ ਕੀ ਹੈ ਫਰੂਟਸ ਕਿਹਾ ਗਿਆ ਹੈ ਫਰੂਟਸ ਕੋਈ ਵੀ ਹੋ ਸਕਦਾ ਇਸ ਕਰਕੇ ਫਰੂਟਸ ਕੀ ਹੈ ਕਾਮਨ ਨਾਉਨ ਹੈ ਥਰਡ ਵਨ ਆ ਗਿਆ ਐਨੀਮਲਸ ਆਰ ਬਿਊਟੀਫੁਲ ਜਿਹੜੇ ਜਾਨਵਰ ਨੇ ਸੁੰਦਰ ਹਨ ਹੁਣ ਆਪਾਂ ਨੂੰ ਕੋਈ ਦਾ ਬਟਾ ਐਲੀਫੈਂਟ ਦੀ ਗੱਲ ਕੀਤੀ ਗਈ ਹੈ ਡੌਗ ਦੀ ਗੱਲ ਕੀਤੀ ਗਈ ਹੈ ਕੈਟ ਦੀ ਕੀਤੀ ਹੋਰ ਗੱਲ ਕੀਤੀ ਗਈ ਹੈ ਐਨੀਮਲਸ ਦੀ एनिमल्स कोई भी हो सदन इस करके एनिमल्स है एक ही ने कॉमन नाउन है सेकंड अपनी टाइप आ गई प्रॉपर नाउन आ प्रॉपर नाउन इज़ द नेम ऑफ पर्टिकुलर पर्सन प्लेस और थिंग जोड़ा प्रॉपर नाउन है, कि, है बेटा किसी खास व्यक्ति किसी खास जगह या किसी खास चीज़ का नाम होता है फॉर एग्जैंपल डेली इंडिया मंडे ਜਮੁਨਾ ਅਮਨ ਦੇਖੋ ਇੰਡੀਆ ਇੱਕ ਕੰਟਰੀ ਦਾ ਨਾਮ ਆ ਗਿਆ ਨਾ ਪਹਿਲਾਂ ਕੀ ਦਿੱਤਾ ਕਾਮਨ ਨਾਉਂ ਚ ਇਕੱਲਾ ਕੰਟਰੀ ਕਿਹਾ ਗਿਆ ਸੀ ਇੱਥੇ ਆ ਗਿਆ ਇੰਡੀਆ ਕੰਟਰੀ ਦਾ ਨਾਮ ਆ ਗਿਆ ਸਿਟੀ ਦਾ ਨਾਮ ਡੈਲੀ ਆ ਗਿਆ ਮੰਡੇ ਡੇ ਹੈ ਜਮੁਨਾ ਰਿਵਰ ਹੈ ਅਮਨ ਪਰਸਨ ਨੇਮ ਹੈ ਇਸ ਕਰਕੇ ਬੇਟਾ ਇਹ ਕਿਸੇ ਖਾਸ ਵਿਅਕਤੀ ਕਿਸੇ ਖਾਸ ਜਗ੍ਹਾ ਯਕਸੇ ਖਾਸ ਚੀਜ਼ ਲਈ ਐਸੀ ਜਿਸ ਨੂੰ ਵਰਤਦੇ ਹਾਂ ਉਸ ਨਾਉਨ ਨੂੰ ਆਪਾਂ ਕੀ ਹੈ ਪ੍ਰੋਪਰ ਨਾਉਨ ਕਹਿੰਦੇ ਹਾਂ ਇਨ ਰਿਟਨ ਇੰਗਲਿਸ਼ ਪ੍ਰੋਪਰ ਨਾਉਨ ਬਿਗਿੰਸ ਵਿਦ ਅ ਕੈਪੀਟਲ ਲੈਟਰਸ ਹਮੇਸ਼ਾ ਯਾਦ ਰੱਖਿਓ ਬੇਟਾ ਜਿਹੜਾ ਪ੍ਰੋਪਰ ਨਾਉਨ ਹੁੰਦਾ ਉਹ ਹਮੇਸ਼ਾ ਹੀ ਸੈਂਟੈਂਸ ਦੇ ਸ਼ੁਰੂ ਦੇ ਵਿੱਚ ਕੈਪੀਟਲ ਲੈਟਰ ਨਾਲ ਸ਼ੁਰੂ ਹੋਊਗਾ 让我们 ਲੁੱਕ ਐਟ ਸਮ ਸੈਂਟੈਂਸਸ ਹੁਣ ਅਸੀਂ ਕੁਝ ਸੈਂਟੈਂਸਸ ਦੇਖਾਂਗੇ ਜਿਵੇਂ ਰਾਦਾ ਇਜ਼ ਪਲੇਇੰਗ ਇਹਦੇ ਵਿੱਚ ਕੀ ਹੈ ਰਾਦਾ ਇੱਕ ਕਿਸ ਹੈ ਇੱਕ ਗਰਲ ਦਾ ਨਾਮ ਹੈ ਰਾਦਾ ਪ੍ਰੋਪਰ ਮੈਂਸ਼ਨ ਕੀਤਾ ਹੈ ਰਾਦਾ ਇਜ਼ ਪਲੇਇੰਗ ਕਿ ਰਾਦਾ ਖੇਡ ਰਹੀ ਹੈ ਠੀਕ ਹੈ ਦੂਸਰਾ ਹੈ ਕਿ ਮੁੰਬਈ ਇਜ਼ ਅ ਬਿਊਟੀਫੁਲ ਸਿਟੀ ਕੀ ਹੈ ਇੱਥੇ ਵੀ ਪ੍ਰੋਪਰ ਸਿਟੀ ਦਾ ਨਾਮ ਦਿੱਤਾ ਗਿਆ ਹੈ ਮੁੰਬਈ ਇਜ਼ ਅ ਬਿਊਟੀਫੁਲ ਸਿਟੀ ਥਰਡ ਹੈਗਾ ਦਿੱਲੀ ਇਸ ਆ ਕੈਪੀਟਲ ਆਫ ਇੰਡੀਆ ਇਥੇ ਕੀ ਹੈ ਦਿੱਲੀ ਵੀ ਇੱਕ ਸਿਟੀ ਦਾ ਸ਼ਹਿਰ ਦਾ ਨਾਮ ਹੈ ਸਿਟੀ ਦਾ ਨਾਮ ਹੈ ਇੱਕ ਯਾ ਬੇਟਾ ਇਹਦੇ ਵਿੱਚ ਦੇਖੋ ਰਾ ਦਾ ਮੁੰਬਈ ਦਿੱਲੀ ਕੀ ਇੱਕ ਪ੍ਰੋਪਰ ਨਾਉਨ ਹੈ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਸਮਝ ਆ ਗਿਆ ਹੋਵੇਗਾ ਬੇਟਾ ਇਨਸ਼ਾਅੱਲਾ ਅਪਨ ਨੈਕਸਟ ਵੀਡੀਓ ਦੇ ਵਿੱਚ ਨੈਕਸਟ ਟਾਈ ਬਾਰੇ ਗੱਲ ਕਰਾਂਗੇ